ਇੰਨੀ ਕੁ ਤਹਿਜ਼ੀਬ ਰੱਖੋ ਕਿ ਕੱਲ੍ਹ ਨੂੰ ਅੱਖਾਂ ਨੀਵੀਆਂ ਕਰਕੇ ਇਹਨਾਂ ਕੋਲੋਂ ਲੰਘਣਾ ਪਏ। ਬੜਾ ਅਨਫਾਰਚੁਨੇਟ ਆ ਔਰ ਅਫਸੋਸ ਵਾਲੀ ਗੱਲ ਆ। ਜਿਹੜਾ ਆਪ ਕਾਂਗਰਸ ਦਾ ਐਮ ਪੀ ਬਣ ਕੇ ਅਤੇ ਸੋਨੀਆ ਜੀ ਦੇ ਜਾਂ ਰਾਹੁਲ ਗਾਂਧੀ ਦੇ ਗੁਣਗਾਨ ਕਰਦਾ ਹੋਏ ਤਾਂ ਐਡੀ ਛੇਤੀ ਅੱਖਾਂ ਨਹੀਂ ਬਦਲਣਗੀਆਂ। ਹਲਕਾ ਗੁਰਦਾਸਪੁਰ ਦੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਮੌਜੂਦ ਨੇ। ਰੰਧਾਵਾ ਸਾਹਿਬ, ਕੱਲ ਜਿਸ ਤਰੀਕੇ ਨਾਲ ਸੰਸਦ ਦੇ ਵਿੱਚ ਹੋਇਆ, ਰਵਨੀਤ ਬਿੱਟੂ ਤੇ ਚਰਨਜੀਤ ਸਿੰਘ ਚੰਨੀ ਆਪਣੇ ਸਾਹਮਣੇ ਹੋਏ, ਕਿਵੇਂ ਦੇਖਦੇ ਸਾਰੇ ਘਟਨਾਕ੍ਰਮ? ਦੇਖੋ, ਜਿਹੜੀ ਕੱਲ ਜਿਹੜੀ ਗੱਲ ਹੋਈ ਆ ਔਰ ਜਿਸ ਤਰੀਕੇ ਨਾਲ ਰਵਨੀਤ ਬਿੱਟੂ ਨੇ ਬਿਹੇਵੀਅਰ ਕੀਤਾ, ਇਹ ਬੜਾ ਅਨਫਾਰਚੁਨੇਟ ਆ ਔਰ ਅਫਸੋਸ ਵਾਲੀ ਗੱਲ ਆ ਕਿ ਇੱਕ ਕਾਂਗਰਸੀ ਨੇਤਾ ਜਿਹਨਾਂ ਨੂੰ ਕਈ ਸਾਲ ਉਹਨੂੰ ਪ੍ਰੈਜੀਡੈਂਟ ਰੱਖਿਆ, ਸਰਦਾਰ ਬੇਅੰਤ ਸਿੰਘ ਚੀਫ ਮਿਨਿਸਟਰ ਬਣੇ ਔਰ ਬਿਲਕੁਲ ਉਹਨਾਂ ਦਾ ਗ੍ਰੈਂਡ ਸਨ, ਕਿਨਾਰਾ ਕਰਦੇ ਕਿ ਸਾਡਾ ਕਾਂਗਰਸ ਦੇ ਨਾਲ ਕੋਈ ਲੈਣ ਦੇਣ ਨਹੀਂ, ਔਰ ਉਹ ਆਦਮੀ ਜਿਹੜਾ ਆਪ ਕਾਂਗਰਸ ਦਾ ਐਮ ਪੀ ਬਣ ਕੇ ਅਤੇ ਸੋਨੀਆ ਜੀ ਦੇ ਜਾਂ ਰਾਹੁਲ ਗਾਂਧੀ ਦੇ ਗੁਣਗਾਨ ਕਰਦਾ ਹੋਏ ਤਾਂ ਐਡੀ ਛੇਤੀ ਅੱਖਾਂ ਨਹੀਂ ਬਦਲਣੀ ਚਾਹੀਦੀ। ਮੈਨੂੰ ਅੱਜ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਯਾਦ ਆ ਕਿ ਅਸੀਂ ਐਮ ਐਲ ਏ ਸੀ, ਕਈ ਵਾਰ ਬਹੁਤ ਬੋਲ ਜਾਂਦੇ ਸੀ ਅਸੈਂਬਲੀ 'ਚ, ਬਹੁਤ ਅਗੇਂਸਟ ਬੋਲ ਜਾਂਦੇ ਸੀ, ਪਰ ਉਹ ਅੱਗੋਂ ਇਹ ਵੀ ਔਨ ਦਾ ਫਲੋਰ ਆਫ ਦਾ ਹਾਊਸ ਕਹਿੰਦੇ ਸੀ ਕਾਕਾ ਇੰਨੀ ਕੁ ਤਹਿਜ਼ੀਬ ਰੱਖੋ ਕਿ ਕੱਲ੍ਹ ਨੂੰ ਅੱਖਾਂ ਨੀਵੀਆਂ ਕਰਕੇ ਇਹਨਾਂ ਕੋਲੋਂ ਲੰਘਣਾ ਪਏ। ਤੋ ਇਹ ਜਿਹੜੀ ਇੱਦਾਂ ਦੇ ਕੰਮ ਕਰਕੇ ਮੇਰਾ ਖਿਆਲ ਹੈ ਕਿ ਪਾਵਰ ਹਾਸਲ ਕਰਨ ਲਈ ਆਪਣਾ ਵਜੂਦ ਖਤਮ ਕਰ ਲੈਣਾ ਉਹ ਠੀਕ ਨਹੀਂ। ਚਰਨਜੀਤ ਸਿੰਘ ਚੰਨੀ ਨੇ ਕੱਲ੍ਹ ਜਿਵੇਂ ਅੰਮ੍ਰਿਤਪਾਲ ਨੂੰ ਲੈ ਕੇ ਬਿਆਨ ਦਿੱਤਾ, ਕਾਂਗਰਸ ਉਸ ਤੋਂ ਕਿਨਾਰਾ ਕਰ ਲਿਆ। ਸਦਾ ਚਰਨਜੀਤ ਸਿੰਘ ਚੰਨੀ ਦਾ ਆਪਣਾ ਪਰਸਨਲ ਹੈ, ਉਹਨਾਂ ਦੇ ਆਪਣੇ ਵਿਊਜ਼ ਨੇ ਔਰ ਜਾਤੀ ਤੌਰ 'ਤੇ ਜੋ ਵੀ ਕਹਿਣਾ ਕਹਿ ਸਕਦੇ ਨੇ, ਪਰ ਜੋ ਕਾਂਗਰਸ ਦਾ ਜਾਂ ਹੋਰ ਕੋਈ ਆ ਉਹਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ। ਇਸ ਤੋਂ ਇਲਾਵਾ ਜੇ ਕਿਸੇ ਨੂੰ ਮੈਂਬਰ ਪਾਰਲੀਮੈਂਟ ਬਣਿਆ ਜਾਂ ਨਹੀਂ ਬਣਿਆ ਇਹ ਸਪੀਕਰ ਦਾ ਕੰਮ ਹੈ ਦੇਖਣਾ, ਸਾਡਾ ਕੰਮ। ਇਸ ਤੋਂ ਇਲਾਵਾ ਸਰ, ਮੁੱਖ ਮੰਤਰੀ ਕੱਲ੍ਹ ਜਦੋਂ ਉਹਨਾਂ ਨੂੰ ਅੰਮ੍ਰਿਤਪਾਲ ਨੂੰ ਲੈ ਕੇ ਸਵਾਲ ਪੁੱਛਿਆ ਗਿਆ, ਉਹ ਕਹਿੰਦੇ ਕਿ ਕਿਸੇ ਇੱਕ ਸਾਂਸਦ ਦੇ ਮੁੱਖ ਮੰਤਰੀ ਨੇ, ਸਾਡੇ 3 ਕਰੋੜ ਪੰਜਾਬੀਆਂ ਦੇ ਸੀਐਮ ਨੇ, ਪੂਰਾ ਪੰਜਾਬ ਦੇਖਣਾ। ਮੇਰਾ ਖਿਆਲ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਅੱਗੇ ਸ਼ੱਕ ਹੈ ਕੋਈ ਕਿ ਉਹ ਸਾਢੇ 3 ਕਰੋੜ ਆਦਮੀ ਇਹ ਪੰਜਾਬੀਆਂ ਦੇ ਮੁੱਖ ਮੰਤਰੀ, ਮੇਰੇ ਵੀ ਮੁੱਖ ਮੰਤਰੀ ਨੇ, ਪਰ ਉਹਨਾਂ ਨੂੰ ਸੋਚ ਸਮਝ ਕੇ ਮੇਰਾ ਖਿਆਲ ਹੈ ਕਿ ਕਈ ਵਾਰ ਚੀਫ ਮਿਨਿਸਟਰ ਸਾਹਿਬ ਇਹ ਮਚਿਓਰ ਜਿਹੜੇ ਬਿਆਨ ਦੇ ਜਾਂਦੇ ਆ ਇਹਨਾਂ 'ਤੇ ਥੋੜ੍ਹਾ ਜਿਹਾ ਕੰਟਰੋਲ ਕਰਨਾ ਪਏਗਾ। ਲਾਅ ਐਂਡ ਆਰਡਰ ਦੇ ਜੋ ਪੰਜਾਬ ਦੇ ਹਾਲਾਤ ਨੇ, ਚੀਫ ਮਿਨਿਸਟਰ ਨੂੰ ਉਹਦੇ 'ਤੇ ਬੋਲਣਾ ਚਾਹੀਦਾ। ਜਿਹੜੇ ਕਹਿੰਦੇ ਕਿ ਮੈਂ 3.5 ਕਰੋੜ ਦਾ ਮੈਂ ਲਾਅ ਐਂਡ ਆਰਡਰ ਦੇਖਣਾ, ਲਾਅ ਐਂਡ ਆਰਡਰ ਦੀਆਂ ਤਾਂ ਪੰਜਾਬ 'ਚ ਧੱਜੀਆਂ ਉੱਡ ਗਈਆਂ ਨੇ, ਹਰ ਰੋਜ਼ ਪਾਕਿਸਤਾਨ ਤੋਂ ਡਰੋਨ ਆ ਰਹੇ ਨੇ, ਹਰ ਰੋਜ਼ ਗੋਲੀਆਂ ਚੱਲ ਰਹੀਆਂ, ਹਰ ਰੋਜ਼ ਬੰਦੇ ਮਰ ਰਹੇ ਨੇ, ਅਤੇ ਅਜੇ ਚੀਫ ਮਿਨਿਸਟਰ ਦੀ ਜਾਗ ਹੀ ਨਹੀਂ ਖੁੱਲ੍ਹੀ। ਮੇਰੇ ਖਿਆਲ ਵਾਹਿਗੁਰੂ ਇਹਨਾਂ ਨੂੰ ਸਮਰਥ ਬਖਸ਼ੇ, ਇਹਨਾਂ ਦੀ ਜਲਦੀ ਨੀਂਦ 'ਚ ਉੱਠਣ ਅਤੇ 3.5 ਕਰੋੜ ਜਿਹੜੇ ਨੇ ਉਹਨਾਂ ਦਾ ਐਮ ਪੀ ਉਹਨਾਂ ਦਾ ਚੀਫ ਮਿਨਿਸਟਰ ਬਣ। ਬਹੁਤ ਧੰਨਵਾਦ। ਅਤੇ ਇਹ ਸਨ ਸਾਡੇ ਨਾਲ ਸੁਖਜਿੰਦਰ ਸਿੰਘ ਰੰਧਾਵਾ, ਕੈਮਰਾਮੈਨ ਕਮਲ ਦੇ ਨਾਲ ਹਰਪ੍ਰੀਤ ਸਿੰਘ, ਪੀ ਟੀ ਸੀ ਨਿਊਜ਼, ਦਿੱਲੀ।